ਨੇਪਾਲ ਦੇ ਵਿੱਚ ਤੇਜ਼ ਅਤੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ ਤੇ ਇਸ ਦੇ ਚਲਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਆਇਆ, ਲੈਂਡਸਲਾਈਡ ਹੋਈ ਆ। ਇਸ ਕਹਿਰ ਦੀਆਂ ਤਸਵੀਰਾਂ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਨੇਪਾਲ ਦੇ ਵਿੱਚ ਭਾਰੀ ਅਤੇ ਤੇਜ਼ ਮੀਂਹ ਦਾ ਕਹਿਰ ਜਾਰੀ ਹੈ, ਜਿਸ ਦੇ ਚਲਦੇ ਕਿ ਹੜ੍ਹ ਆਇਆ, ਕਈ ਇਲਾਕਿਆਂ ਦੇ ਵਿੱਚ ਲੈਂਡਸਲਾਈਡ ਹੋਈ ਹੈ ਤੇ 14 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ ਤੇ ਕਈ ਲੋਕ ਜਿਹੜੇ ਲਾਪਤਾ ਹੈ, ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਜਿਹੜਾ ਉਹ ਕੀਤਾ ਜਾ ਰਿਹਾ। ਦੱਸੀਏ ਕਿ ਇਸ ਹਾਦਸੇ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ, 8 ਲੋਕ ਜਿਹੜੇ ਆ ਲੈਂਡਸਲਾਈਡ ਦੇ ਕਾਰਨ ਮਾਰੇ ਗਏ ਨੇ, ਜਦਕਿ 5 ਲੋਕਾਂ ਦੀ ਮੌਤ ਜਿਹੜੀ ਆ ਬਿਜਲੀ ਡਿੱਗਣ ਦੇ ਕਾਰਨ ਹੋਈ ਹੈ। ਉੱਥੇ ਹੀ ਕਈ ਸ਼ਖਸ ਜਿਹੜੇ ਆ ਹੜ੍ਹ ਦੇ ਵਿੱਚ ਫਸੇ ਹੋਏ ਤੇ ਇੱਕ ਸ਼ਖਸ ਜਿਹੜਾ ਵਾ, ਇੱਕ ਵਿਅਕਤੀ ਇਸ ਹੜ੍ਹ ਦੇ ਵਿੱਚ ਲਾਪਤਾ ਹੋ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਜਿਹੜਾ ਕੀਤਾ ਜਾ ਰਿਹਾ, ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਬਚਾਇਆ ਜਾ ਸਕੇ। ਤੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 147 ਘਟਨਾਵਾਂ ਜਿਹੜੀਆਂ ਨੇਪਾਲ ਦੇ ਵਿੱਚ ਵਾਪਰ ਚੁੱਕੀਆਂ ਨੇ, ਜਿਸ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੇ ਲੈਂਡਸਲਾਈਡ ਹੋਈ ਆ, ਜਿਸ ਦੇ ਵਿੱਚ ਕਈ ਲੋਕ ਜਿਹੜੇ ਲਾਪਤਾ ਹੋ ਗਏ ਨੇ, ਜਦਕਿ 10 ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਏ ਨੇ। ਤੇ ਨੇਪਾਲ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਕਿ ਤੇਜ਼ ਅਤੇ ਭਾਰੀ ਮੀਂਹ ਦੇ ਚਲਦੇ ਨੇਪਾਲ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਗਿਆ, ਲੈਂਡਸਲਾਈਡ ਹੋਈ ਆ, 14 ਲੋਕਾਂ ਦੀ ਮੌਤ ਹੋ ਗਈ ਆ। ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ, ਬਚਾਵ ਕਾਰਜ ਜਿਹੜਾ ਜਾਰੀ ਹੈ। ਕਈ ਇਲਾਕਿਆਂ ਦੇ ਵਿੱਚ ਬਿਜਲੀ ਡਿੱਗੀ ਆ, ਜਿਸਦੇ ਨਾਲ ਲੋਕਾਂ ਨੂੰ ਕਈ ਲੋਕ ਜਿਹੜੇ ਉਸਦੇ ਵਿੱਚ ਫਸੇ ਆ ਤੇ ਇੱਕ ਵਿਅਕਤੀ ਦੀ ਜਿਹੜੀ ਆ ਮੌਤ ਵੀ ਹੋ ਗਈ ਹੈ। ਦੱਸੀ 14 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ, ਜਿਨ੍ਹਾਂ 'ਚ 8 ਜਿਹੜੀ ਆ 8 ਦੀ ਮੌਤ ਲੈਂਡਸਲਾਈਡ ਦੇ ਨਾਲ ਹੋਈ ਹੈ ਤੇ 5 ਦੀ ਮੌਤ ਬਿਜਲੀ ਡਿੱਗਣ ਦੇ ਕਾਰਨ ਹੋਈ ਆ। ਇੱਕ ਵਿਅਕਤੀ ਜਿਹੜਾ ਉਹ ਹੜ੍ਹ ਦੇ ਵਿੱਚ ਬਹਿ ਗਿਆ ਹੈ ਤੇ ਰੈਸਕਿਊ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਹੈ। ਮਾਨਸੂਨ ਜਿਹੜੀ ਆ, ਦੱਸ ਦਈਏ ਕਿ ਮਾਨਸੂਨ ਦੀ ਸ਼ੁਰੂਆਤ ਦੇ ਵਿੱਚ ਨੇਪਾਲ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ। ਤੇਜ਼ ਮੀਂਹ ਜਿਹੜਾ ਲਗਾਤਾਰ ਨੇਪਾਲ ਦੇ ਵਿੱਚ ਪੈ ਰਿਹਾ, ਨੇਪਾਲ ਦੇ ਵਿੱਚ ਤੇਜ਼ ਮੀਂਹ ਦੇ ਚੱਲਦੇ ਤਬਾਹੀ ਜਿਹੜੀ ਮਚੀ ਹੋਈ ਆ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਤੇਜ਼ ਮੀਂਹ ਨੇ, ਮਾਨਸੂਨ ਜਿਹੜੀ ਆ ਲਗਾਤਾਰ ਚੱਲ ਰਹੀ ਆ, ਤੇਜ਼ ਮੀਂਹ ਨੇ ਲਗਾਤਾਰ ਜਿਹੜਾ ਤਬਾਹੀ ਜਿਹੜੀ ਆ ਉੱਥੇ ਨੇਪਾਲ ਦੇ ਵਿੱਚ ਮਚਾਈ ਹੋਈ ਆ ਤੇ ਕਈ ਲੋਕ ਜਿਹੜੇ ਆ ਇਸ ਜਿਹੜੀ ਲੈਂਡਸਲਾਈਡ ਹੋਈ ਆ ਤੇ ਹੜ੍ਹ ਆਇਆ, ਇਹੋ ਜਿਹੇ ਜਗ੍ਹਾ ਤੇ ਕਈ ਲੋਕ ਜਿਹੜੇ ਫਸੇ ਹੋਏ ਆ ਤੇ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ। ਕਈ ਲੋਕ ਬੇਘਰ ਵੀ ਹੋ ਗਏ ਆ, ਵੱਡੀ ਤਬਾਹੀ ਜਿਹੜੀ ਆ ਨੇਪਾਲ ਦੇ ਵਿੱਚ ਹੋਈ ਹੈ। ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ, ਇੱਕ ਦੂਜੇ ਨੂੰ ਬਚਾਉਣ ਦੀ ਲੋਕਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਹੀ ਸੁਰੱਖਿਅਤ ਹੈ। ਜਿਹੜੇ ਲੋਕ ਇਸ ਹੜ੍ਹ ਦੇ ਵਿੱਚ ਅਤੇ ਲੈਂਡਸਲਾਈਡ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਸਕੇ। ਜਿਹੜੇ ਲੋਕ ਉੱਥੇ ਦੇ ਨੇ ਵਸਨੀਕ ਨੇ, ਉਹਨਾਂ ਦਾ ਇੱਕ ਦੂਜੇ ਦੇ ਨਾਲ ਸੰਪਰਕ ਜਿਹੜਾ ਉਹ ਵੀ ਟੁੱਟ ਚੁੱਕਿਆ ਹੈ ਤੇ ਇਹ ਨੇਪਾਲ ਦੇ ਕਈ ਜਗ੍ਹਾ ਕਈ ਇਲਾਕੇ ਨੇ ਜਿੱਥੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਜਿੱਥੇ ਲੋਕ ਕੇ ਬੁਰੀ ਤਰ੍ਹਾਂ ਉੱਥੇ ਫਸੇ ਹੋਏ, ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਸਾਹਮਣੇ, ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿਵੇਂ ਨੇਪਾਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਜਿਹੜੀ ਮਚਾਈ ਹੋਈ ਆ, 14 ਲੋਕਾਂ ਦੀ ਮੌਤ ਜਿਹੜੀ ਹੋ ਚੁੱਕੀ ਹੈ ਤੇ ਬਾਕੀਆਂ ਦਾ ਰੈਸਕਿਊ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।